ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 10 ਜਨਵਰੀ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਲੱਗਣਾ ਮੌਸਮ ਨਹੀਂ ਦੱਸਿਆ ਅੰਦਰ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ 10 ਜਨਵਰੀ ਜਿਵੇਂ ਕੱਲ ਤਕਰੀਬਨ ਕਹਿ ਰਿਹਾ ਸੀ ਕਿ ਪੰਜਾਬ ਵਿੱਚ ਇੱਕ ਪੱਛਮੀ ਸਿਸਟਮ ਆਇਆ ਹੈ ਉਸ ਦਾ ਪ੍ਰਭਾਵ ਤਕਰੀਬਨ ਪੰਜਾਬ ਵਿੱਚੋਂ ਖਤਮ ਹੋ ਚੁੱਕਾ ਹੈ ਤੇ ਪੰਜਾਬ ਦੇ ਕਿਸੇ ਵੀ ਇਲਾਕੇ ਦੇ ਵਿੱਚ ਮੀਂਹ ਦੇਖਣ ਨੂੰ ਨਹੀਂ ਮਿਲਿਆ ਹਲਕੀ-ਫੁਲਕੀ ਬੱਦਲਵਾਈ ਜਰੂਰ ਬਣੀ ਰਹੀ ਹੋਈ ਹੈ ਉਸ ਤੋਂ ਇਲਾਵਾ 10 ਜਨਵਰੀ ਦੀ ਜੇਕਰ ਗੱਲ ਕਰੀਏ ਤਾਂ ਅੱਜ ਸਵੇਰ ਵੇਲੇ ਤੋਂ ਹੀ ਜਿਵੇਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਣਿਆ ਹੋਇਆ ਹੈ ਹਲਕੀ ਤੋਂ ਦਰਮਿਆਨੀ ਬੱਦਲਵਾਈ ਤੇ ਨਾਲ ਤੂੰਦ ਉਸੇ ਤਰ੍ਹਾਂ ਦਾ ਹੀ ਸਥਿਰ ਲਗਾਤਾਰ ਪੰਜਾਬ ਵਿੱਚ ਬਣਿਆ ਹੋਇਆ ਹੈ ਤੇ ਠੰਡ ਤੋਂ ਕੋਈ ਵੀ ਰਾਹਤ ਮਿਲਣ ਦੀ ਸੰਭਾਵਨਾ ਅੱਜ ਵੀ ਨਹੀਂ ਦਿਖ ਰਹੀ ਪਰ ਜੇਕਰ ਗੱਲ ਕਰੀਏ ਤਾਂ ਸੂਰਜ ਦੀ ਬਾਅਦ ਦੁਪਹਿਰ ਜੇਕਰ ਥੋੜੀ-ਬਹੁਤੀ ਹਲਚਲ ਹਵਾ ਤੇਜ਼ ਹੁੰਦੀ ਹੈ ਤਾਂ ਕੁਝ ਕ ਇਲਾਕਿਆਂ ਦੇ ਵਿੱਚ ਉਹ ਮਾਝੇ ਮਾਲਵੇ ਦੁਆਬੇ ਦੇ ਕੋਈ ਵੀ ਹੋ ਸਕਦੇ ਹਨ ਥੋੜੀ ਬਹੁਤੀ ਤੁੰਦਰੀ ਚਾਦਰ ਪਾਟ ਕੇ ਮਾੜੀ ਮੋਟੀ ਤੁੱਪ ਕਿਸੇ ਇਲਾਕੇ ਵਿੱਚ ਦਿਖ ਸਕਦੀ ਹੈ ਨਹੀਂ ਤਾਂ ਸੂਰਜ ਦੇ ਦਰਸ਼ਨ ਹੋਣੇ ਅਜੇ ਵੀ ਸੁਖਾਲੇ ਨਹੀਂ ਲੱਗਦੇ ਆਉਣ ਵਾਲੇ ਦਿਨਾਂ ਵਿੱਚ ਠੰਡ ਸਵੇਰ ਵੇਲੇ ਤੇ ਸ਼ਾਮ ਵੇਲੇ ਹੋਰ ਵੀ ਵਧਣ ਦੀ ਸੰਭਾਵਨਾ ਹੈ 11 ਤੇ 12 ਤਰੀਕ ਨੂੰ ਲੋੜੀ ਤੱਕ ਤਕਰੀਬਨ ਪੰਜਾਬ ਦਾ ਮੌਸਮ ਇਸੇ ਤਰ੍ਹਾਂ ਹੀ ਚੱਲਦਾ ਹੋਇਆ ਦਿਖਾਈ ਦਿੰਦਾ ਹੈ ਠੰਡ ਤੁੰਦ ਬੱਦਲਬਾਹੀ ਜਿਵੇਂ ਮਾਹੌਲ ਪੂਰਾ ਪੰਜਾਬ ਦਾ ਬਣਿਆ ਹੋਇਆ ਹੈ ਪੰਜਾਬ ਦੇ ਨਾਲੋਂ ਹਰਿਆਣੇ ਦੇ ਆਪਣੇ ਹਿਮਾਚਲ ਦੇ ਵਿੱਚ ਲਗਾਤਾਰ ਸੂਰਜ ਦਿਖਾਈ ਦੇ ਰਿਹਾ ਹੈ ਤੇ ਉੱਥੇ ਦਾ ਟੈਂਪਰੇਚਰ ਵੀ ਦਿਨ ਵੇਲੇ ਪੰਜਾਬ ਨਾਲੋਂ ਵੱਧ ਦਰਜ ਕੀਤਾ ਜਾ ਰਿਹਾ ਹੈ ਪੰਜਾਬ ਦਾ ਜਿਹੜਾ ਟੈਂਪਰੇਚਰ ਔਸਤ ਦਿਨ ਵੇਲੇ 10 ਡਿਗਰੀ ਤੋਂ ਹੇਠਾਂ ਹੁੰਦਾ ਹੈ ਤੇ ਹਿਮਾਚਲ ਦਾ 14-15 ਡਿਗਰੀ ਦੇ ਆਸ-ਪਾਸ ਤੇ ਉੱਥੇ ਧੁੱਪ ਵੀ ਪੂਰੀ ਤਰ੍ਹਾਂ ਨਿਕਲ ਰਹੀ ਹੈ ਪੰਜਾਬ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਲਈ ਅਜੇ ਕੋਈ ਵੀ ਤੇਜ਼ ਹਵਾਵਾਂ ਜਾਂ ਕੋਈ ਸਿਸਟਮ ਜਿਹੜਾ ਰਿਹਾ ਉਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ ਇਹ ਸਿਸਟਮ ਲੋੜੀ ਤੱਕ ਚੱਲਣ ਦੀ ਸੰਭਾਵਨਾ ਬਣ ਰਹੀ ਹੈ ਉਸ ਤੋਂ ਬਾਅਦ ਹੀ ਪੰਜਾਬ ਵਿੱਚ ਥੋੜੀ ਜਿਹੀ ਰਾਹਤ ਮਿਲਣ ਦੀ ਸੰਭਾਵਨਾ ਹੈ ਜੇਕਰ ਤੇਜ਼ ਹਵਾਵਾਂ ਚੱਲੀਆਂ ਤਾਂ ਫਿਰ ਮੌਸਮ ਸਾਫ਼ ਹੋਵੇਗਾ